ਨਾਮ ਜਦੋਂ ਪ੍ਰਗਟ ਹੋ ਗਿਆ, ਕੀ ਹੁਣ ਅਸੀਂ ਇਸ ਨੂੰ ਬੈਠ ਕੇ ਸੁਣਨਾ ਆ ਜਾਂ ਤੁਰਦੇ ਫਿਰਦੇ ਵੀ ਸੁਣ ਸਕਦੇ ਹਾਂ? ਸਿਮਰਨਜੋਤ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਆ, ਵਾਹਿਗੁਰੂ ਜੀ ਵੀਰ ਜੀ, ਕੀ ਚੱਲਦੇ ਫਿਰਦੇ ਅਨਹਦ ਨਾਦ ਸੁਣਨ ਦਾ ਉਹਦਾ ਕੋਈ ਫਲ ਹੈ? ਜਿੰਨਾ ਕੁ ਧਿਆਨ ਦੇ ਵਿੱਚ ਬੈਠ ਕੇ ਅਨਹਦ ਨਾਦ ਸੁਣਨ ਦਾ ਫਲ ਮਿਲਦਾ ਹੈ। ਵਾਹਿਗੁਰੂ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਫਲ ਦੀ ਇੱਛਾ ਨਹੀਂ ਕਰਨੀ ਕਿ ਕੀ ਸਾਨੂੰ ਆਹ ਕਰਨ ਦੇ ਨਾਲ ਆਹ ਫਲ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਜਦੋਂ ਆਪਾਂ ਆਪਣੇ ਮਾਤਾ ਪਿਤਾ ਬੱਚਿਆਂ ਨੂੰ ਪਿਆਰ ਕਰਦੇ ਹਾਂ ਤਾਂ ਕੀ ਆਪਾਂ ਫਲ ਦੀ ਇੱਛਾ ਰੱਖਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਿਆਰ ਕਰਨ ਦਾ ਸਾਨੂੰ ਕੋਈ ਫਲ ਮਿਲੇਗਾ? ਪਿਆਰ, ਇਹਦੀ ਕੋਈ ਵੀ ਲਿਮਿਟ ਤਾਂ ਹੈ ਨਹੀਂ। ਇਸੇ ਤਰ੍ਹਾਂ ਮਾਲਕ ਦੇ ਨਾਲ ਪਿਆਰ, ਜਦੋਂ ਸਾਡੇ ਅੰਦਰ ਅਨਹਦ ਨਾਦ ਧੁਨੀਆਂ ਪ੍ਰਗਟ ਹੋ ਜਾਂਦੀਆਂ ਤਾਂ ਇਹ ਮਾਲਕ ਦੇ ਮੁੱਖ ਦੀਆਂ ਹੀ ਆਵਾਜ਼ਾਂ ਨੇ। ਇਸ ਦਾ ਮਤਲਬ ਇਹ ਹੈ ਕਿ ਮਾਲਕ ਨੇ ਕਿਰਪਾ ਕੀਤੀ ਹੈ ਤਾਂ ਸੁਣਾਈ ਦਿੱਤੀਆਂ ਨੇ, ਨਹੀਂ ਤਾਂ ਕਿੰਨੇ ਜੀਵ ਨੇ ਸਾਲਾਂ ਦੇ ਲੱਗੇ ਹੋਏ ਨੇ, ਉਹਨਾਂ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਨਾਮ ਨੂੰ ਅਸੀਂ ਕਿਉਂ ਸੁਣਨਾ ਆ? ਅਨਹਦ ਧੁਨੀਆਂ ਨਾਦ ਨੂੰ ਕਿਉਂ ਸੁਣਨਾ? ਵਾਹਿਗੁਰੂ, ਤਾਂ ਜੋ ਸਾਡਾ ਜਿਹੜਾ ਮਨ ਆ ਉਹ ਮਾਲਕ ਦੀ ਹਜ਼ੂਰੀ ਵਿੱਚ ਰਹੇ, ਯਾਦ ਦੇ ਵਿੱਚ ਰਹੇ। ਤੁਰਦੇ ਫਿਰਦੇ ਅਸੀਂ ਧਿਆਨ ਜ਼ਰੂਰ ਰੱਖਣਾ ਆ, ਇੰਨਾ ਕੁ ਵਿਚਾਰਾਂ ਦੇ ਵਿੱਚ ਜਾਣਾ, ਸਾਡਾ ਜਿਹੜਾ ਮਨ ਆ ਉਹ ਨਾਮ ਦੇ ਏਰੀਏ ਵਿੱਚ ਰਹੇ, ਮਤਲਬ ਨਾਮ ਜੀਵ ਨੂੰ ਸੁਣਾਈ ਦਿੰਦਾ ਰਹੇ। ਇੱਦਾਂ ਨਾ ਹੋਵੇ ਕਿ ਉਹ ਨਾਮ ਸੁਣਨਾ ਬੰਦ ਹੋ ਜਾਵੇ ਅਤੇ ਅਸੀਂ ਵਿਚਾਰਾਂ ਦੇ ਵਿੱਚ ਕਿਤੇ ਦੂਰ ਚਲੇ ਜਾਈਏ। ਜੇ ਅਸੀਂ ਹੁਕਮ ਦੇ ਵਿੱਚ ਰਹਿਣਾ ਆ, ਹੁਕਮ ਕੀ ਆ? ਨਾਮ ਹੀ ਹੈ। ਜੇ ਕੋਈ ਜੀਵ ਨਾਮ ਨੂੰ ਸੁਣਦਾ ਹੈ ਧਿਆਨ ਦੇ ਵਿੱਚ ਵੀ ਜਾਂ ਤੁਰਦੇ ਫਿਰਦੇ ਵੀ, ਇਸ ਦਾ ਮਤਲਬ ਕਿ ਉਹ ਮਾਲਕ ਦੇ ਹੁਕਮ ਦੇ ਵਿੱਚ ਹੈ। ਬਾਕੀ ਜਦੋਂ ਆਪਾਂ ਧਿਆਨ ਦੇ ਵਿੱਚ ਬੈਠ ਕੇ ਨਾਮ ਨੂੰ ਸੁਣ ਕੇ ਸੁਣਨ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਉਦੋਂ ਮਾਲਕ ਦੀ ਬੜੀ ਕਿਰਪਾ ਹੁੰਦੀ ਆ, ਕਿਉਂਕਿ ਉਦੋਂ ਸਾਡਾ ਮਨ, ਸਾਡਾ ਜੋ ਸਰੀਰ ਆ ਉਹਦਾ ਕੋਈ ਵੀ ਕੰਮ ਤਾਂ ਹੁੰਦਾ ਨਹੀਂ ਅਤੇ ਉਹ ਟਿਕ ਜਾਂਦਾ, ਉਹ ਸੁੰਨ ਹੋ ਜਾਂਦਾ। ਅਤੇ ਤੁਰਦੇ ਫਿਰਦੇ ਸਾਡਾ ਜਿਹੜਾ ਸਰੀਰ ਆ, ਜਿਵੇਂ ਹੱਥ ਪੈਰ ਆ, ਮੂੰਹ ਆ, ਅੱਖਾਂ ਆ, ਅੱਖਾਂ ਸੰਸਾਰ ਨੂੰ ਵੇਖਦੀਆਂ, ਹੱਥ ਪੈਰ ਆ ਉਹ ਵੀ ਹਿਲਦੇ ਆ, ਅਤੇ ਜਦ ਤੱਕ ਸਾਡਾ ਸਰੀਰ ਇਹ ਤਨ ਹਿੱਲੇਗਾ ਤਾਂ ਮਨ ਸਾਡਾ ਨਹੀਂ ਟਿਕੇਗਾ, ਇਹ ਵਿਚਾਰਾਂ ਵਿੱਚ ਰਹੇਗਾ। ਇਸ ਲਈ ਕੋਸ਼ਿਸ਼ ਇਹ ਕਰਨੀ ਆ ਕਿ ਅਸੀਂ ਧਿਆਨ ਦੇ ਵਿੱਚ ਬੈਠੀਏ ਆਪਣੇ ਸਰੀਰ ਨੂੰ ਟਿਕਾ ਕੇ, ਅਤੇ ਤੁਰਦੇ ਫਿਰਦੇ ਵੀ ਆਪਾਂ ਇਸ ਨਾਮ ਨੂੰ ਸੁਣ ਸਕਦੇ ਹਾਂ, ਕਿਉਂਕਿ ਵਾਹਿਗੁਰੂ, ਸਵਾਸਾਂ ਦਾ ਤਾਂ ਕੋਈ ਪਤਾ ਨਹੀਂ ਕਿ ਕਦੋਂ ਸਾਡੇ ਸਵਾਸ ਪੂਰੇ ਹੋਣੇ ਨੇ। ਕਈ ਵਾਰ ਕੀ ਹੁੰਦਾ ਹੈ ਕਿ ਜੀਵ ਦਾ ਤੁਰਦੇ ਫਿਰਦੇ ਹੀ ਸਵਾਸ ਪੂਰੇ ਹੋ ਜਾਂਦੇ। ਜੇ ਅਸੀਂ ਤੁਰਦੇ ਫਿਰਦੇ ਵੀ ਇਹਨਾਂ ਅਨਹਦ ਨਾਦ ਦੇ ਵਿੱਚ ਧੁਨੀਆਂ ਵਿੱਚ ਧਿਆਨ ਰੱਖਾਂਗੇ ਤਾਂ ਅਸੀਂ ਜਮਾਂ ਦੇ ਵੱਸ ਨਹੀਂ ਪਵਾਂਗੇ, ਸਾਡਾ ਧਿਆਨ ਆਖਰੀ ਸਵਾਸਾਂ 'ਤੇ ਇੱਧਰ ਸੰਸਾਰ ਦੇ ਵਿੱਚ ਨਹੀਂ, ਮਾਲਕ ਦੀ ਆਵਾਜ਼ ਵਿੱਚ ਰਹੇਗਾ। ਅਤੇ ਗੁਰਬਾਣੀ ਸਾਨੂੰ ਇੰਝ ਸਮਝਾਉਂਦੀ ਆ ਕਿ ਜੇ ਤੁਸੀਂ ਆਖਰੀ ਸਮੇਂ ਮਾਲਕ ਨੂੰ ਯਾਦ ਕਰਕੇ ਇੱਥੋਂ ਜਾਓਗੇ ਤਾਂ ਤੁਹਾਨੂੰ ਮੁਕਤੀ ਜ਼ਰੂਰ ਪ੍ਰਾਪਤ ਹੋਵੇਗੀ। ਸਿਮਰਨ ਕਰਨ ਲੱਗਿਆਂ ਅਸੀਂ ਫਲ ਦੀ ਇੱਛਾ ਨਹੀਂ ਕਰਨੀ, ਬਸ ਨਾਮ ਦੀ ਪ੍ਰਾਪਤੀ ਤੱਕ ਪਹੁੰਚਣਾ ਹੈ, ਫਿਰ ਮਿਲਾਪ ਦੀ ਪ੍ਰਾਪਤੀ ਤੱਕ ਪਹੁੰਚਣਾ। ਸੰਸਾਰ ਦਾ ਤਾਂ ਆਪਾਂ ਕੁਝ ਮੰਗਣਾ ਹੀ ਨਹੀਂ, ਜੇ ਮੰਗਣਾ ਆ ਸਿੱਧਾ ਮਾਲਕ ਦੇ ਕੋਲੋਂ ਮੰਗਣਾ ਆ, ਜੋ ਸਾਡੇ ਸਾਰਿਆਂ ਦਾ ਪਿਤਾ ਆ। ਮਹਾਰਾਜ ਸਮਝਾਉਂਦੇ ਨੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।